ਵਿਸ਼ਵਾਸ ਉਹ ਹੁੰਦਾ ਹੈ ਜੋ ਸਾਨੂੰ ਤਾਕਤ ਦਿੰਦਾ ਹੈ। ਇੱਕ ਛੋਟੀ ਲੜਕੀ ਰੋਜ਼ ਸੌਣ ਤੋਂ ਪਹਿਲਾਂ ਪ੍ਰਾਰਥਨਾ ਕਰਦੀ ਸੀ ਅਤੇ ਰੱਬ ਨਾਲ ਆਪਣੀਆਂ ਖੁਸ਼ੀਆਂ ਅਤੇ ਚਿੰਤਾਵਾਂ ਸਾਂਝੀਆਂ ਕਰਦੀ ਸੀ। ਇੱਕ ਰਾਤ ਉਹ ਅਰਦਾਸ ਕਰ ਰਹੀ ਸੀ, ਰੱਬ ਜੀ ਮੇਰਾ ਟੁੱਟਿਆ ਹੋਇਆ ਖਿਡੌਣਾ ਠੀਕ ਕਰ ਦਿਓ। ਵੱਡੇ ਭਰਾ ਨੇ ਸੁਣ ਕੇ ਕਿਹਾ, ਝੱਲੀ ਨਾ ਹੋਵੇ ਤਾਂ ਰੱਬ ਕੋਈ ਵਿਹਲਾ ਬੈਠਾ ਹੈ ਕਿ ਉਹ ਤੇਰੇ ਵਰਗੀ ਦੇ ਟੁੱਟੇ ਖਿਡੌਣੇ ਠੀਕ ਕਰਦਾ ਫਿਰੇ। ਸਵੇਰੇ ਉੱਠਿਆ, ਭੈਣ ਨੂੰ ਚੀਰਦਿਆਂ ਪਿਆਰ ਨਾਲ ਕਿਹਾ, ਵੇਖ ਰੱਬ ਨੇ ਕੁਝ ਨਹੀਂ ਕੀਤਾ। ਭੈਣ ਨੇ ਪੂਰੇ ਵਿਸ਼ਵਾਸ ਨਾਲ ਕਿਹਾ, ਹਾਂ ਰੱਬ ਨੇ ਮੇਰੀ ਅਰਦਾਸ ਮੰਨ ਲਈ ਹੈ। ਰਾਤੀ ਰੱਬ ਮੇਰੇ ਸੁਪਨੇ ਵਿੱਚ ਆਇਆ ਸੀ, ਮੇਰਾ ਟੁੱਟਿਆ ਖਿਡੌਣਾ ਰੱਬ ਦੇ ਹੱਥ ਵਿੱਚ ਸੀ। ਰੱਬ ਨੇ ਮੈਨੂੰ ਕਿਹਾ ਸੀ, ਹੁਣ ਤੂੰ ਇਹਨਾਂ ਖਿਡੌਣਿਆਂ ਨੂੰ ਛੱਡ ਦੇ, ਹੁਣ ਤੂੰ ਵੱਡੀ ਹੋ ਗਈ ਹੈ।